ਪਤਾ ਲੱਗਿਆ ਵੀ ਪਿਛਲੇ 3/12 ਨੂੰ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਵਾਲੇ ਨੂੰ ਪਾਰਟੀ ਚ ਲਾਇਆ ਸੀ ਤੇ ਮੈਂ ਤਾਂ ਵੈਲਕਮ ਵੀ ਕੀਤਾ ਸੀ ਕਿਉਂਕਿ ਪਾਰਟੀ ਦੇ ਵਿੱਚ ਕੋਈ ਆਇਆ ਹੀ ਹੈ ਕੋਈ ਵਾਧਾ ਹੋਇਆ ਪਰ ਪਿੱਛੇ ਜੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਜੇ ਮੈਨੂੰ ਟਿਕਟ ਪਾਰਟੀ ਨੇ ਨਾ ਦਿੱਤੀ ਤਾਂ ਮੈਂ ਆਜ਼ਾਦ ਚੋਣ ਲੜਾਂਗਾ ਤੇ ਮੈਂ ਉਦੋਂ ਤੋਂ ਬਾਅਦ ਜਣੀ ਉਹਨੂੰ ਥੋੜਾ ਜਿਹਾ ਕ੍ਰਿਟੀਸਾਈਜ਼ ਕਰਨ ਲੱਗਿਆ ਵੀ ਇਹ ਬਚਕਾਨਾ ਗੱਲ ਹੈ ਇਮੈਚੂਰ ਗੱਲ ਹੈ ਇਹ ਪਾਰਟੀ ਦੀ ਮਰਜ਼ਾਦਾ ਦੇ ਪ੍ਰੋਟੋਕੋਲ ਦੀ ਉਲੰਘਣਾ ਹੈ ਇਸ ਕਰਕੇ ਉਹਨੂੰ ਟਿਕਟ ਨਹੀਂ ਦੇਣੀ ਬਣਦੀ ਤੇ ਮੈਂ ਆਪਣਾ ਦਾਵਾ ਵੀ ਪੇਸ਼ ਕਰਦਾ ਰਿਹਾ ਦੂਜੇ ਜਿੰਨੇ ਸਾਡੇ ਲੀਡਰਸ਼ਿਪ ਮਾਨ ਨੇ ਪੁਰਾਣੇ ਕਾਂਗਰਸੀ ਨੇ ਉਹਨਾਂ ਦੇ ਨਾਲ ਮੇਰਾ ਵੀ ਦਾਵਾ ਹੈ ਤੇ ਮੈਂ ਉਹ ਦਾਵੇ ਤੋਂ ਉਮੀਦ ਰੱਖਦਾ ਸੀ ਕਿ ਮੈਨੂੰ ਵੀ ਟਿਕਟ ਦੇ ਕੇ ਨਵਾਜਿਆ ਜਾਊਗਾ ਪਰ ਹੁਣ ਕੰਸੋਹਾ ਇਹ ਮਿਲ ਨੂੰ ਆ ਰਹੀਆਂ ਕਿ ਪਲੈਨਿੰਗਾਂ ਚੱਲ ਰਹੀਆਂ ਵੀ ਸਿੱਧੂ ਮੂਸੇਵਾਲੇ ਨੂੰ ਮਾਨਸਾ ਤੋਂ ਟਿਕਟ ਦੇ ਕੇ ਇਲੈਕਸ਼ਨ ਲੜਾਈ ਜਾਵੇ ਤਾਂ ਮੈਂ ਇਹ ਸਮਝਦਾ ਕਿ ਜਿਸ ਬੰਦੇ ਦਾ ਪਹਿਲਾਂ ਗਾਉਣ ਵਜਾਉਣ ਵੇਲੇ ਲੋਕਾਂ ਵੱਲੋਂ ਕ੍ਰਿਟਿਸਾਈਜ਼ ਹੁੰਦਾ ਰਿਹਾ ਹੈ ਉਹੀ ਆਪਦੀ ਗਾਇਕੀ ਕਰਕੇ ਜਿਸ ਤਰ੍ਹਾਂ ਦਾ ਇਮੇਜ ਹੁਣੇ ਪੰਜਾਬ ਦੇ ਵਿੱਚ ਬਣਾਇਆ ਸੀ ਲੋਕਾਂ 'ਚ ਬਣਾਇਆ ਸੀ ਉਸੇ ਦਾ ਮਜ਼ਹਰਾ ਉਹਨਾਂ ਨੇ ਪਾਰਟੀ ਵਿੱਚ ਆ ਕੇ ਕਰਨਾ ਸ਼ੁਰੂ ਕਰਤਾ ਹੈ ਕਿ ਮੈਂ ਜੇ ਪਾਰਟੀ ਨੇ ਮੈਨੂੰ ਟਿਕਟ ਨਾ ਦਿੱਤੀ ਤਾਂ ਮੈਂ ਆਜ਼ਾਦ ਚੋਣ ਲੜਾਂਗਾ ਤਾਂ ਇਹ ਮਰਜ਼ਾਦਾ ਦੀ ਲੰਘਣਾ ਤੇ ਮੈਂ ਪਾਰਟੀ 'ਚ ਹੁੰਦਾ ਹੋਇਆ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਮੈਂ ਇਹ ਚੀਜ਼ਾਂ ਪਾਰਟੀ ਦੇ ਧਿਆਨ 'ਚ ਵੀ ਲਿਆਵਾਂ ਜੇ ਉਹਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹਨੂੰ ਨਾ ਪਸੰਦ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਲੀਡਰਾਂ ਵੱਲੋਂ ਤੇ ਪਾਰਟੀ ਦਾ ਨੁਕਸਾਨ ਹੋਊਗਾ ਇਸ ਚੀਜ਼ ਨਾਲ ਉਹਨੂੰ ਪਾਰਟੀ ਨੂੰ ਚਾਹੀਦਾ ਹੈ ਜੇ ਇਸ ਤਰ੍ਹਾਂ ਦੇ ਚਿਹਰੇ ਨੂੰ ਇਲੈਕਸ਼ਨ ਲੜਾਉਣੇ ਵੀ ਹੈ ਤਾਂ ਕਿਸੇ ਇਹ ਜੀ ਸੀਟ ਤੋਂ ਲੜਾ ਦਿੱਤਾ ਜਾਵੇ ਜਿੱਥੇ ਉਹ ਸਮਝਦੇ ਆਈ ਪਾਰਟੀ ਕਮਜ਼ੋਰ ਹੈ ਜਾਂ ਕਿਸੇ ਇਹ ਜੇ ਵੱਡੇ ਚਿਹਰੇ ਦੇ ਸਾਹਮਣੇ ਦੂਜੀਆਂ ਪਾਰਟੀਆਂ ਦੇ ਉਹਨੂੰ ਇਲੈਕਸ਼ਨ ਲੜਾਈ ਜਾਵੇ ਜਿੱਥੇ ਪਾਰਟੀ ਜਿੱਤ ਪ੍ਰਾਪਤ ਕਰਨਾ ਵੀ ਚਾਹੁੰਦੀ ਹੈ ਤੇ ਕਿਸੇ ਵੱਡੇ ਲੀਡਰ ਨੂੰ ਹਰਾਉਣਾ ਚਾਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਲਿਖ ਕੇ ਲੈ ਕੇ ਮੈਂ ਇਹ ਮਹਿਸੂਸ ਕਰਦਾ ਕਿ ਪਾਰਟੀ ਦੇ ਪ੍ਰੋਟੋਕੋਲ ਮੁਤਾਬਕ ਜਾਂ ਮਰਜ਼ਾਦਾ ਮੁਤਾਬਕ ਉਹ ਸਿੱਧੂ ਮੂਸੇਵਾਲੇ ਨੂੰ ਟਿਕਟ ਨਹੀਂ ਦੇਣੀ ਬਣਦੀ ਕਿਸੇ ਤਰੀਕੇ ਨਾਲ ਵੀ ਤੇ ਉਹ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਪਾਰਟੀ ਨੂੰ ਚਾਹੀਦਾ ਕਿਸੇ ਸੀਨੀਅਰ ਲੀਡਰ ਨੂੰ ਜਿਸ ਨੇ 5 ਸਾਲ ਸਿਟਿੰਗ ਅਮਰੇ ਦੇ ਤੌਰ ਤੇ ਹਲਕੇ ਦੀ ਸੇਵਾ ਕੀਤੀ ਹੈ ਲੋਕਾਂ ਦੇ ਕੰਮ ਆਉਂਦਾ ਰਿਹਾ ਕੋਈ ਲੰਬਾ ਪਾਰਟੀ ਨੂੰ ਨਹੀਂ ਖਟਕੇ ਦਿੱਤਾ ਆਪ ਦੇ ਮਾਨਸਾ ਨੂੰ ਜਾਂ ਮਾਨਸਾ ਦੇ ਹਲਕੇ ਨੂੰ ਕੋਈ ਇਸ ਤਰ੍ਹਾਂ ਲੰਬਾ ਨਹੀਂ ਖਟਕੇ ਦਿੱਤਾ ਤਾਂ ਉਹਨੂੰ ਟਿਕਟ ਦੇਣੀ ਬਣਦੀ ਹੈ ਸਿੱਧੂ ਮੂਸੇਵਾਲੇ ਦੀ ਕੱਟ ਕੇ ਉਹ ਸਬੰਧ ਦੇ ਵਿੱਚ ਮੈਂ ਇੱਕ ਆਪਣਾ ਜਿਹੜਾ ਪ੍ਰੋਟੈਸਟ ਲੈਟਰ ਕਹੋ ਜਣਾ ਇੱਕ ਆਪਦੀ ਐਡਵਾਈਸ ਪਾਰਟੀ ਨੂੰ ਭੇਜੀ ਹੈ ਅਪੀਲ ਕੀਤੀ ਹੈ ਤੇ ਉਹ ਮੈਂ ਜ਼ਰੂਰੀ ਸਮਝਦਾ ਕਿ ਤੁਹਾਡੇ ਸਾਹਮਣੇ ਮੈਂ ਇਹ ਚੀਜ਼ ਨੂੰ ਪੜ੍ਹ ਕੇ ਸੁਣਾਵਾਂ ਇਹ ਚਿੱਠੀ ਮੈਂ ਈਮੇਲ ਤੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਭੇਜੀ ਹੈ ਜੀ ਜੋ ਪਾਰਟੀ ਦੇ ਐਮਪੀ ਵੀ ਨੇ ਤੇ ਜਰਨਲਿਸਟਰ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਤੇ ਮੈਂ ਉਹਨਾਂ ਨੂੰ ਲਿਖਿਆ ਵਿਧਾਨ ਸਭਾ ਹਲਕਾ ਮਾਨਸਾ ਤੋਂ ਟਿਕਟ ਕੱਟੇ ਜਾਣ ਸੰਬੰਧੀ ਇਹ ਮੈਂ ਚਿੱਠੀ ਉਹਨਾਂ ਨੂੰ ਆਲਰੇਡੀ ਲਿਖ ਚੁੱਕਿਆ ਮੇਲ ਤੇ ਭੇਜ ਚੁੱਕਿਆ ਤੇ ਇਹ ਦੀਆਂ ਜੇ ਮੈਂ ਕਹੂੰ ਇਹਨੂੰ ਪੜ੍ਹ ਕੇ ਸੁਣਾ ਵੀ ਦਿਨਾ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ 나జర్ ਸਿੰਘ ਮਾਨਸ਼ਈਆ ਹਲਕਾ 096 ਮਾਨਸਾ ਤੋਂ ਸਾਲ 2017 ਦੇ ਇਹ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਸੀ ਅਤੇ 20469 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ ਮੇਰੇ ਪਰਿਵਾਰ ਦੇ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹੋਣ ਕਾਰਨ ਮੈਂ ਸਾਲ 2019 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਾਨ ਜੋ ਕੈਬਨਟ ਮੰਤਰੀ ਪੰਜਾਬ ਜਿਹਦੀ ਪ੍ਰੇਰਨਾ ਦਾ ਸਦਕਾ ਕੈਪਟਨ ਅਮਰਿੰਦਰ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਮੈਂ ਐਮਐਲਏ ਬਣਨ ਤੋਂ ਲੈ ਕੇ ਹੁਣ ਤੱਕ ਲੋਕਾਂ ਦੀ ਸਹੂਲਤ ਲਈ ਦਫ਼ਤਰ ਖੋਲ੍ਹਿਆ ਹੋਇਆ ਹੈ ਅਤੇ ਮੈਂ ਲਗਾਤਾਰ ਆਪਣੇ ਹਲਕੇ ਦੇ ਲੋਕਾਂ ਨਾਲ ਜੁੜਿਆ ਹੋਇਆ ਹਾਂ ਮੇਰੇ ਪੜੇ ਲਿਖੇ ਹੋਣ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਬਤੌਰ ਐਸਡੀਓ ਐਕਸ਼ਨ ਅਤੇ ਐਸਸੀ ਦਾ ਤਜਰਬਾ ਰੱਖਦੇ ਹੋਏ ਦਫ਼ਤਰੀ ਕੰਮ ਲੋਕਾਂ ਦੇ ਹਿੱਤ ਵਿੱਚ ਕਰਦਾ ਹੋਣ ਕਾਰਨ ਮੈਂ ਲੋਕਾਂ ਵਿੱਚ ਹਰਮਨ ਪਿਆਰਾ ਪਿਆਰਤਾ ਹਾਸਲ ਕੀਤੀ ਹੈ ਮੇਰਾ ਭਰਾ ਐਡਵੋਕੇਟ ਸਿਮਰਜੀਤ ਸਿੰਘ ਅਨਸ਼ਈਆ ਸ਼੍ਰੀ ਰਣਜੀਤ ਸਿੰਘ ਸੂਰਜੇਵਾਲਾ ਜੀ ਦੀ ਅਗਵਾਈ ਵਿੱਚ ਮਾਨਸਾ ਤੋਂ ਲਗਾਤਾਰ 3 ਸਾਲ ਜੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਹੈ ਅਤੇ ਹਲਕੇ ਵਿੱਚ ਪਰਿਵਾਰ ਨੂੰ ਆਦਰ ਮਾਨ ਪ੍ਰਾਪਤ ਹੈ ਹੁਣ ਮੈਂ ਹੁਣ ਮਿਤੀ 3/12/2021 ਨੂੰ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਸ ਨੂੰ ਮਾਨਸਾ ਹਲਕੇ ਤੋਂ ਟਿਕਟ ਦੇਣ ਦੀ ਸਿਆਸਤ ਖੇਡੀ ਜਾ ਰਹੀ ਹੈ ਜਿਸ ਦੀ ਮਾਨਸਾ ਦੇ ਲੋਕਾਂ ਵੱਲੋਂ ਚਾਰ ਚਫੇਰੋਂ ਨਿੰਦਾ ਕੀਤੀ ਜਾ ਰਹੀ ਹੈ ਤੇ ਮੇਰੀ ਵਿਧਾਨ ਸਭਾ ਹਲਕਾ ਮਾਨਸਾ ਤੋਂ ਟਿਕਟ ਕੱਟਣ ਦੀਆਂ ਬਿਆੰਤਾਂ ਘੜੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਇਸ ਲਈ ਮੇਰੀ ਆਪ ਜੀ ਨੂੰ ਪੁਰਜ਼ੋਰ ਬੇਨਤੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਟਿਕਟ ਨਾ ਦੇ ਕੇ ਮੈਨੂੰ ਟਿਕਟ ਦਿੱਤੀ ਜਾਵੇ ਅਤੇ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਮਾਨਸਾ ਹਲਕੇ ਦੀ ਸੀਟ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਾਪਤ ਕੀਤੀ ਲੀਡ ਤੋਂ ਵੀ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਜੋੜੀ ਵਿੱਚ ਪਾਵਾਂਗਾ ਸਤਿਕਾਰ ਸਹਿਤ ਆਪ ਜੀ ਦਾ શુભਚੰਕ ਨਾਜ਼ਰ ਸਿੰਘ ਮਾਨਸ਼ਈਆ ਇਹ ਮੈਂ ਚਿੱਠੀ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਧਿਆਨ ਚ ਉਹਨਾਂ ਦਾ ਧਿਆਨ ਚ ਲਿਆਉਣ ਵਾਸਤੇ ਲਿਖੀ ਹੈ ਤਾਂ ਕਿ ਉਹ ਕੋਈ ਫੈਸਲਾ ਆਵਦਾ ਰੀਕਨਸਿਡਰ ਕਰਨ ਤੇ ਨਾਲ ਇਸ ਤੇ ਕੋਈ ਵਧੀਆ ਫੈਸਲਾ ਲੈ ਕੇ ਪਾਰਟੀ ਨੂੰ ਦੀ ਨਿਗਰਤੀ ਹਾਲਤ ਨੂੰ ਅਪ ਕਰ ਲਈ ਇਹਨੂੰ ਹੁਣ ਇਸ ਤਰ੍ਹਾਂ ਦਾ ਫੈਸਲਾ ਲੈ ਲੈਣਾ ਚਾਹੀਦਾ ਹੈ